ਹੈਲੋ एवरीवन ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਸਾਰਿਆਂ ਨੂੰ ਮੇਰੇ ਚੈਨਲ ਇਸੀ ਕੁਕ ਬਲੌਗਸ ਵਿਦ ਪੂਨੀਆ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਹੈਲਦੀ ਸੈਂਡਵਿਚ ਜਿਹੜਾ ਕਿ ਹੈਲਦੀ ਆ ਤੇ ਟੇਸਟ ਵੀ ਤਾਂ ਹੋਏਗਾ ਹੀ ਨਾਲ ਆਪਣਾ ਪੇਟ ਵੀ ਜਿਹੜਾ ਪੂਰਾ ਇੱਕ ਸੈਂਡਵਿਚ ਜਿਹੜਾ ਫੁੱਲ ਕਰੇਗਾ ਆਪਾਂ ਡਬਲ ਲੇਅਰ ਵਾਲਾ ਜਿਹੜਾ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਇਹ ਸੈਂਡਵਿਚ ਕਿੱਦਾਂ ਬਣਾਉਣਾ ਹੈ ਚਲੋ ਆਪਾਂ ਦੇਖਦੇ ਹਾਂ ਡਬਲ ਲੇਅਰ ਸੈਂਡਵਿਚ ਬਣਾਉਣ ਦੇ ਲਈ ਆਪਾਂ ਨੇ ਬ੍ਰੈਡ ਲੈ ਲਿਆ ਬ੍ਰਾਊਨ ਬ੍ਰੈਡ ਲਿਆ ਮੈਂ ਜਿਹੜਾ ਵਾਈਟ ਬ੍ਰੈਡ ਹੈ ਉਹ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਲੈ ਲਿਆ ਉਹਦੇ ਲਈ ਟਮਾਟਰ ਸ਼ਿਮਲਾ ਮਿਰਚ ਪਿਆਜ਼ ਬੋਇਲਡ ਆਪਾਂ ਆਲੂ ਲੈ ਲਿਆ ਆਲੂ ਨੂੰ ਬੋਇਲ ਕਰਕੇ ਇਹਨੂੰ ਆਪਾਂ ਨੇ ਜਿਹੜਾ ਮੈਸ਼ ਕਰ ਲਿਆ ਤੇ ਪਨੀਰ ਲੈ ਲਿਆ ਤੇ ਆਪਾਂ ਲੈ ਲਿਆ ਇਹਦੇ ਲਈ ਡਾਈਸਡ 치즈 ਤੇ ਜਿਹੜਾ ਇਹ ਸੈਂਡਵਿਚ ਹੈ ਆਪਣਾ ਇਹ ਡਬਲ ਲੇਅਰ ਦਾ ਹੋਏਗਾ ਤੇ ਇਹ ਇੱਕ ਸੈਂਡਵਿਚ ਹੈ ਜਿਹੜਾ ਬਹੁਤ ਹੋਏਗਾ ਇਹ ਹੈਲਦੀ ਵੀ ਹੋਏਗਾ ਟੇਸਟੀ ਵੀ ਹੋਏਗਾ ਤੇ ਆਪਣਾ ਪੇਟ ਨੂੰ ਵੀ ਪੂਰਾ ਹੋਏ ਫੁੱਲ ਕਰੇਗਾ ਦੇਖੋ ਜਿਹੜਾ ਆਪਾਂ ਬੋਇਲਡ ਆਲੂ ਲਿਆ ਇਹਨੂੰ ਆਪਾਂ ਇਦਾਂ ਵੀ ਜਿਹੜਾ ਯੂਜ਼ ਕਰ ਸਕਦੇ ਆ ਸੈਂਡਵਿਚ ਬਣਾਉਣ ਦੇ ਲਈ ਪਰ ਇਹਨੂੰ ਜ਼ਿਆਦਾ ਟੇਸਟੀ ਬਣਾਉਣ ਦੇ ਲਈ ਆਪਾਂ ਕੀ ਕਰਾਂਗੇ ਇਹਨੂੰ ਆਲੂ ਨੂੰ ਥੋੜਾ ਜਿਹਾ ਤੜਕਾ ਲਗਾ ਲਾਂਗੀ ਤੇ ਤੜਕਾ ਲਗਾਉਣ ਲਈ ਆਪਾਂ ਚਲਦੇ ਹਾਂ ਗੈਸ ਬਨ। ਇਹ ਆਪਾਂ ਇੱਕ ਰੱਖ ਲਿਆ ਪੈਨ ਆਲੂ ਨੂੰ ਤੜਕਾ ਲਗਾਉਣ ਦੇ ਲਈ ਮੈਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਦੇਸੀ ਘਿਓ ਪਾਵਾਂਗੀ ਤੁਸੀਂ ਬਟਰ ਵੀ ਪਾ ਸਕਦੇ ਹੋ। ਜਾਂ ਤੁਸੀਂ ਚਾਹੋ ਕੋਈ ਹੋਰ ਢੜ ਥੋੜਾ ਜਿਹਾ ਆਇਲ ਵੀ ਬਸ ਇਹਦੇ ਤੇ ਲਗਾ ਸਕਦੇ ਹੋ ਪਰ ਆਪਾਂ ਦਾ ਜਿਹੜਾ ਸੈਂਡਵਿਚ ਹੈ ਇਹ ਬੜਾ ਹੈਲਦੀ ਸੈਂਡਵਿਚ ਬਣੇਗਾ ਤੇ ਆਪਾਂ ਬਟਰ ਜਾਂ ਦੇਸੀ ਘਿਓ ਦੀ ਵਰਤੋਂ ਕਰੀਓ ਉਹ ਜ਼ਿਆਦਾ ਅੱਛਾ ਹੈ। ਹੁਣ ਆਪਾਂ ਇਹਦੇ 'ਚ ਥੋੜਾ ਜਿਹਾ ਜੀਰਾ ਪਾ ਦਾਂਗੇ। بس ਜੀਰਾ ਜਿਹੜਾ ਆਪਣਾ ਭੁੱਜ ਗਿਆ ਕਿਉਂਕਿ ਆਪਣਾ ਘਿਓ ਗਰਮ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਜ्यादा ਕੁਝ ਨਹੀਂ ਪਾਉਣਾ ਆਲੂ ਪਾ ਦਾਂਗੇ ਇਹ ਪਾਪੜੇ ਜਿਹੜੇ ਬੋਇਲ ਡਾਲੂਆਂ ਵਿੱਚ ਏਡ ਕਰਾਂਗੇ ਇਹਦੇ ਨੰਦੂ ਨੂੰ ਮਿਕਸ ਕਰ ਦਾਂਗੇ ਹੁਣ ਆਪਾਂ ਇਸੇ ਥੋੜੀ ਜਿਹੀ ਕਾਲੀ ਮਿਰਚ ਤੇ ਥੋੜਾ ਜਿਹਾ ਸੌਲਟ ਪਾ ਲਾਂਗੇ ਬਿਲਕੁਲ ਥੋੜਾ ਜਿਹੀ ਪਾਵਾਂਗੇ ਸੌਲਟ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਰਸ਼ ਢੰਗ ਆ ਪਾ ਦਾਂਗੇ ਗੈਸ ਕਰਦਾਂਗੇ ਬੰਦ ਉਹ ਆਪਾਂ ਆਲੂ ਵਾਲੀ ਜਿਹੜੀ ਕੜਾਹੀ ਲਾ ਕੇ ਤੇ ਪੈਨ ਲਾ ਕੇ ਤੇ ਹੁਣ ਆਪਾਂ ਰੱਖ ਲਿਆ ਸੈਂਡਵਿਚ ਬਣਾਉਣ ਵਾਲਾ ਪੈਨ ਇਹਦੇ 'ਚ ਆਪਾਂ ਥੋੜਾ ਜਿਹਾ ਬਟਰ ਪਾਵਾਂਗੇ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਅਗਰ ਦੇਸੀ ਘਿਓ ਪਾਉਣਾ ਚਾਹੋ ਤੇ ਹੁਣ ਆਪਾਂ ਰੱਖਾਂਗੇ ਆਪਣੇ ਬ੍ਰੈਡ ਦੇ ਸਲਾਈਸਿਸ ਇਹਦੇ ਤੇ ਤੇ ਇਹਨਾਂ ਦੀ ਆਪਾਂ ਇਹ ਸਾਈਡ ਜਿਹੜੀ ਬੈਕ ਸਾਈਡ ਹੈ ਇਹਨੂੰ ਰੋਸਟ ਹੋਣ ਦਵਾਂਗੇ ਇਹ ਦੇਖੋ ਸੈਂਡਵਿਚ ਜਿਹੜੇ ਆਪਣੇ ਸਲਾਈਸਸ ਆ ਬਰੈਡ ਇੱਕ ਸਾਈਡ ਤੋਂ ਬੜੇ ਅੱਛੇ ਜੇ ਕ੍ਰਿਸਪੀ ਆ ਜਿਹੜੇ ਹੋ ਗਏ ਤੇ ਹੁਣ ਆਪਾਂ ਨਾ 1 ਮਿੰਟ ਲਈ ਅਜੇ ਗੈਸ ਬੰਦ ਕਰ ਦਾਂਗੇ ਗੈਸ ਆਪਾਂ ਬੰਦ ਕੀਤਾ ਹੋਇਆ ਹੈ ਹੁਣ ਆਪਾਂ ਇਹਦੇ ਇੱਕ ਸਲਾਈਸ ਤੇ ਜਿਹੜੇ ਲੰਗਾਵਾਂਗੇ ਬਟਰ ਵੈਸੇ ਵੀ ਆਲਰੇਡੀ ਆਪਾਂ ਨੇ ਬਟਰ ਲਗਾ ਕੇ ਕੀਤਾ ਪਰ ਥੋੜਾ ਜਿਹਾ ਬਟਰ ਜਿਹੜਾ ਆਪਾਂ ਇਹਨੂੰ ਹੋਰ ਟੇਸਟੀ ਬਣਾਉਣ ਲਈ ਹੋਰ ਲਗਾ ਲਾਂਗੇ ਤੇ ਹੁਣ ਆਪਾਂ ਇਹਦੇ ਤੇ ਲਗਾਵਾਂਗੇ ਆਪਾਂ ਜਿਹੜਾ ਆਪਾਂ ਬੋਇਲਡ ਆਲੂ ਉਪਰ ਤੜਕਾ ਲਗਾ ਕੇ ਲਿਆ ਇਹਨੂੰ ਅੱਛੇ ਤਰੀਕੇ ਨਾਲ ਇਹਦੇ ਉੱਤੇ ਲਗਾ ਦਾਂਗੇ ਇਹ ਆਪਾਂ ਇਹਦੇ ਤੇ ਆਲੂ ਲਗਾ ਲਿਆ ਤੇ ਇਹ ਆਪਾਂ ਅਜੇ ਇਹਨੂੰ ਬਾਹਰ ਰੱਖ ਲਾਂਗੇ ਤੇ ਇੱਕ ਪੀਸ ਆਪਣਾ ਹੋਰ ਹੈ ਜਿਹੜਾ ਅਜੇ ਆਪਣਾ ਰਹਿਦਾ ਹੈ ਆਪਾਂ ਹੁਣ ਕੀ ਕਰਾਂਗੇ ਇਹਦੀ ਵੀ ਜਿਹੜੀ ਸਾਈਡ ਹੈ ਇਹਨੂੰ ਵੀ ਆਪਾਂ ਕ੍ਰਿਸਪੀ ਕਰ ਲਾਂਗੇ ਗੈਸ ਵਲਾਂਗੇ ਤੇ ਬਟਰ ਲਗਾਵਾਂਗੇ ਇਹ ਜਿਹੜੀ ਬਟਰ ਵਾਲੀ ਸਾਈਡ ਹੈ ਇਹਨੂੰ ਆਪਾਂ ਥੱਲੇ ਕਰ ਦਾਂਗੇ ਇਹ ਦੇਖੋ ਜਿਹੜੀ ਇਹ ਆਪਣਾ ਬ्रेड ਹੈ ਇਹਦੀ ਵੀ ਇੱਕ ਸਾਈਡ ਹੈ ਜਿਹੜੀ ਕ੍ਰਿਸਪੀ ਕ੍ਰਿਸਪੀ ਹੈ ਜਿਹੜੀ ਹੋ ਗਈ ਹੈ ਤੇ ਹੁਣ ਆਪਾਂ ਕੀ ਕਰਦੇ ਆ ਆਪਾਂ ਜਿਹੜਾ ਆਪਣਾ ਪਹਿਲਾ ਸੈਂਡਵਿਚ ਹੈ ਹੁਣ ਆਪਾਂ ਇਹਦੇ ਤੇ ਦੂਜਾ ਜਿਹੜਾ ਆਪਾਂ ਨੇ ਲਗਾਉਣਾ ਹੈ ਦੂਜੀ ਲੇਅਰ ਉਹਦੀ ਤਿਆਰੀ ਕਰਦੇ ਆ ਉਹ ਲਗਾਉਨੇ ਆ ਇਹ ਦੇਖੋ ਮੈਂ ਹੁਣ ਇਹਨਾਂ ਇਸ ਸ্লাইਸ ਤੇ ਲਗਾਵਾਂਗੀ ਜਿਹੜੀ ਆਪਣੀ ਹੋਮ ਮੇਡ ਚਟਣੀ ਆਪਾਂ ਘਰੇ ਬਣਾਉਂਦੇ ਆ ਪੁਦੀਨੇ ਦੀ ਅਗਰ ਤੁਸੀਂ ਇਹ ਪੁਦੀਨੇ ਦੀ ਚਟਣੀ ਦੀ ਰੈਸਪੀ ਦੇਖਣੀ ਹੈ ਤਾਂ ਇਹ ਵੀ ਮੈਂ ਆਪਣੇ ਚੈਨਲ ਤੇ ਪਾਈ ਹੋਈ ਹੈ ਧਨੀਆ ਪੁਦੀਨੇ ਦੀ ਚਟਣੀ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਆਪਾਂ ਇਹ ਲਗਾ ਲਾਂਗੇ ਤੁਸੀਂ ਕੋਈ ਵੀ ਜੋ ਤੁਹਾਡੇ ਕੋਲ ਹੈਗੀ ਆ ਤੁਸੀਂ ਕੋਈ ਕੈਚਪ ਲਗਾਉਣੀ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਇਹ ਦੇਖੋ ਆਪਾਂ ਚਟਣੀ ਲਗਾ ਲਈ ਤੇ ਆਪਾਂ ਜਿਹੜਾ ਇਹਦਾ ਆਹ ਵਾਲੀ ਸਾਈਡ ਹੈ ਇਹ ਆਪਾਂ ਨੇ ਨੀਸੀਗੀ ਸੇਕੀ ਤੇ ਆਪਾਂ ਨੇ ਜਿਹੜੀ ਸੇਕੀ ਹੋਈ ਸਾਈਡ ਹੈ ਇਹਨੂੰ ਉੱਤੇ ਰੱਖਣਾ ਹੈ ਐਦਾਂ ਤੇ ਹੁਣ ਆਪਾਂ ਆਪਣੀਆਂ ਦੂਜੀਆਂ ਜਿਹੜੀਆਂ ਸਬਜ਼ੀਆਂ ਇਹਦੇ ਉੱਤੇ ਪਾਵਾਂਗੇ ਪਿਆਜ਼ ਪਾ ਦਾਂਗੇ ਪਿਆਜ਼ ਤੋਂ ਬਾਅਦ ਆਪਾਂ ਹੁਣ ਇਹਦੇ ਤੇ ਸ਼ਿਮਲਾ ਮਿਰਚ ਪਾ ਦਾਂਗੇ ਸ਼ਿਮਲਾ ਮਿਰਚ ਤੋਂ ਬਾਅਦ ਆਪਾਂ ਪਨੀਰ ਪਾ ਦਾਂਗੇ ਇਹਦੇ ਉੱਤੇ ਪਨੀਰ ਤੋਂ ਬਾਅਦ ਆਪਾਂ ਟਮਾਟਰ ਪਾ ਦਾਂਗੇ ਤੁਹਾਡੇ ਕੋਲ ਜਿਹੜੀਆਂ ਵੀ ਸਬਜ਼ੀ ਹੈਗੀ ਹੈ ਤੁਸੀਂ ਉਹ ਪਾ ਸਕਦੇ ਹੋ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਡਾਈਸਡ ਚੀਜ਼ ਹੁਣ ਆਪਾਂ 2 ਸੈਕਿੰਡ ਦੇ ਲਈ ਫਿਰ ਗੈਸ ਬਲ ਚੱਲਾਂਗੇ ਹੁਣ ਆਪਾਂ ਅੱਗੇ ਗੈਸ ਬੰਦ ਗੈਸ ਆਪਾਂ ਬੰਦ ਕਰ ਲਿਆ ਇਹ ਜਿਹੜਾ ਆਪਾਂ ਨੇ ਆਪਣਾ ਰੱਖਿਆ ਸੀਗਾ ਸਲਾਈਸ ਪਹਿਲਾਂ ਇੱਕ ਸਾਈਡ ਤੋਂ ਕਰਕੇ ਇਹਨੂੰ ਆਪਾਂ ਇਹਦੇ ਉੱਤੇ ਲਗਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਇੱਕ ਵਾਰੀ ਸੇਕ ਲਗਾ ਲਾਂਗੇ ਕਿਉਂਕਿ ਆਪਾਂ ਇੱਕ ਇੱਕ ਸਾਈਡ ਐ ਜਿਹੜੀ ਹੋਈ ਲਗਾਈ ਸੀ ਹਲਕਾ ਹਲਕਾ ਇਦਾਂ ਪ੍ਰੈਸ ਕਰ ਦਾਂਗੇ ਪੈਨ ਦੇ ਥੱਲੇ ਵਾਲੀ ਸਾਈਡ ਪਹਿਲਾਂ ਹੀ ਆਪਣੇ ਬਟਰ ਜਿਹੜਾ ਲੱਗਿਆ ਹੋਇਆ ਸੀਗਾ ਤੇ ਹੁਣ ਇਹਦੇ ਆਪਾਂ ਉੱਪਰਲੀ ਸਾਈਡ ਤੇ ਵੀ ਜਿਹੜਾ ਬਟਰ ਹੈ ਲਗਾ ਦਾਂਗੇ ਦੇਖੋ ਨਾ ਬਹੁਤ ਹੀ ਕੇਅਰਫੁਲੀ ਇਹਨੂੰ ਦੀ ਸਾਈਡ ਆ ਆਪਾਂ ਚੇਂਜ ਕਰ ਦਾਂਗੇ ਇਹ ਦੇਖੋ ਕਿੰਨਾ ਅੱਛਾ ਕਿੰਨਾ ਕ੍ਰਿਸਪੀ ਜਿਹੜਾ ਆਪਣਾ ਸੈਂਡਵਿਚ ਬਣਿਆ ਹੈ ਇਹ ਦੇਖੋ ਕ੍ਰਿਸਪੀ ਕ੍ਰਿਸਪੀ ਹੈਲਦੀ ਤੇ ਪੂਰਾ ਜਿਹੜਾ ਆਪਾਂ ਨੂੰ ਰਜਾ ਦੇਣ ਵਾਲਾ ਸੈਂਡਵਿਚ ਆਪਣਾ ਬਣ ਕੇ ਤਿਆਰ ਆ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਜਰੂਰ ਆਪਣੇ ਕਮੈਂਟਸ ਰਾਹੀਂ ਦੱਸਣਾ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਣੇ ਖੁਸ਼ ਰਹੋ ਤੇ ਹਮੇਸ਼ਾ ਹੱਸਦੇ ਵਸਦੇ ਰਹੋ